ਫਗਵਾੜਾ ਪੁਲਿਸ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਗਲਤ ਪਾਰਕਿੰਗ ਕਰਨ ਵਾਲਿਆਂ ਖਿਲਾਫ਼ ਹੁਣ ਵੱਖਰੀ ਤਰ੍ਹਾਂ ਨਾਲ ਕਾਰਵਾਈ ਕੀਤੀ ਜਾਵੇਗੀ। ਫਗਵਾੜਾ ਪੁਲਿਸ ਕੋਲ ਹੁਣ ਵਾਹੀਕਲ ਕਲੰਪ ਆ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਪੁਲਿਸ ਗਲਤ ਜਗ੍ਹਾ ਤੇ ਖੜੀਆਂ ਗੱਡੀਆਂ ਨੂੰ ਇਹ ਕਲੰਪ ਲਗਾ ਕੇ ਲੌਕ ਕਰ ਦੇਵੇਗੀ ਅਤੇ ਜਿਸ ਤੋਂ ਬਾਅਦ ਮੌਕੇ ਤੇ ਹੀ ਚਲਾਨ ਕੱਟੇ ਜਾਣਗੇ। ਇਸ ਸੰਬੰਧੀ ਜਾਣਕਾਰੀ ਅਤੇ ਸ਼ਹਿਰ ਵਾਸੀਆਂ ਨੂੰ ਸੂਚਿਤ ਕਰਦਿਆਂ ਪੁਲਿਸ ਨੇ ਕਿਹਾ ਕਿ ਕੋਈ ਵੀ ਆਪਣੀ ਗੱਡੀ ਗਲਤ ਜਗ੍ਹਾ ਤੇ ਖੜੀ ਨਾ ਕਰੇ, ਸਗੋਂ ਗੱਡੀਆਂ ਨੂੰ ਬੰਗਾ ਰੋਡ ਤੇ ਬਣੀ ਪਾਰਕਿੰਗ ਵਿੱਚ ਖੜਾ ਕੀਤਾ ਜਾਵੇ, ਨਹੀਂ ਤਾਂ ਇਹਨਾਂ ਵਾਹੀਕਲ ਕਲੰਪਾਂ ਦੀ ਮਦਦ ਨਾਲ ਚਲਾਨ ਕੱਟੇ ਜਾਣਗੇ। ਮਾਣਯੋਗ SSP ਸਾਹਿਬ ਬਹਾਦਰ ਕਪੂਰਥਲਾ, ਮਾਣਯੋਗ SP ਸਾਹਿਬ ਫਗਵਾੜਾ, DSP ਸਾਹਿਬ ਫਗਵਾੜਾ ਤੇ ਮਾਣਯੋਗ ਟ੍ਰੈਫਿਕ ਇੰਚਾਰਜ ਸਾਹਿਬ ਫਗਵਾੜਾ ਜੀ ਦੇ ਹੁਕਮਾਂ ਅਨੁਸਾਰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਜੀ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਟ੍ਰੈਫਿਕ ਫਗਵਾੜਾ ਪਾਸ ਜੋ ਲੋਕ ਗੱਡੀਆਂ ਗਲਤ ਤੌਰ 'ਤੇ ਬਾਜ਼ਾਰ ਦੇ ਵਿੱਚ ਖੜੀਆਂ ਕਰਦੇ ਹਨ ਅਤੇ ਆਪ ਸ਼ੋਪਿੰਗ ਕਰਨ ਚਲੇ ਜਾਂਦੇ ਹਨ, ਪਾਰਕਿੰਗ ਬਣੀ ਹੋਣ ਦੇ ਬਾਵਜੂਦ ਵੀ ਪਾਰਕਿੰਗ 'ਚ ਗੱਡੀਆਂ ਨਹੀਂ ਲਗਾਉਂਦੇ, ਉਹਨਾਂ ਦੇ ਚਲਾਨ ਕੱਟਣ ਵਾਸਤੇ ਉਹਨਾਂ ਦੇ ਸਹੀ ਕਾਨੂੰਨ ਦਾ ਪਾਠ ਪੜ੍ਹਾਉਣ ਵਾਸਤੇ ਮਾਣਯੋਗ SSP ਸਾਹਿਬ ਬਹਾਦਰ ਕਪੂਰਥਲਾ ਨੇ ਸਾਨੂੰ ਇੱਕ ਕਲੰਪ ਜਿਹੜੇ ਆ ਕਾਫੀ ਮਾਤਰਾ ਦੇ ਵਿੱਚ ਮੁਹੱਈਆ ਕੀਤੇ ਨੇ। ਇਹ ਕਲੰਪ ਇਹ ਅਸੀਂ ਗੱਡੀ ਦੇ ਟਾਇਰ ਨੂੰ ਲਗਾ ਦਿਆਂਗੇ, ਉਸ ਤੋਂ ਬਾਅਦ ਲੌਕ ਕਰ ਦਿਆਂਗੇ, ਉਹ ਗੱਡੀ ਚੱਲ ਨਹੀਂ ਸਕੇਗੀ। ਜਦੋਂ ਗੱਡੀ ਵਾਲਾ ਮਾਲਕ ਆ ਕੇ ਸਾਨੂੰ ਭਾਲ ਕਰੇਗਾ ਉਦੋਂ ਮੌਕੇ 'ਤੇ ਚਲਾਨ ਕੀਤਾ ਜਾਵੇਗਾ ਅਤੇ ਨਾਲੇ ਉਹਨੂੰ ਦੱਸਿਆ ਜਾਵੇਗਾ ਆਪਣੀ ਗੱਡੀ ਪਾਰਕਿੰਗ 'ਚ ਲਗਾਓ। ਇਹ ਜਿਹੜਾ ਚਲਾਨ ਹੈ ਪਾਰਕਿੰਗ 'ਤੇ ਕੱਟੇਗਾ ਜਾਂ ਨੋ ਪਾਰਕਿੰਗ 'ਤੇ ਕੱਟਿਆ ਜਾਏਗਾ? ਹਾਂਜੀ, ਨੋ ਪਾਰਕਿੰਗ, ਨੋ ਪਾਰਕਿੰਗ ਰੋਡ ਬਲੋਕ। ਇਹ ਦੋਨੇ ਸਾਈਡਾਂ ਲੱਗਿਆ ਜਾਏਗਾ ਕਲੰਪ ਜਿਹੜੇ ਆ? ਇੱਕ ਸਾਈਡ 'ਤੇ ਲਗਾਉਂਗੇ ਕਲੰਪ, ਇੱਕ ਸਾਈਡ 'ਤੇ ਲਗਾਉਂਗੇ, ਗੱਡੀ ਚੱਲ ਨਹੀਂ ਸਕਦੀ। ਪਹਿਲਾਂ ਵਾਰਨਿੰਗ ਦੋਗੇ ਦਾ? ਨਹੀਂ ਜੀ, ਵਾਰਨਿੰਗ ਤਾਂ ਬਹੁਤ ਹੋ ਗਈ ਚੁੱਕੀ ਹੈ, ਵਾਰਨਿੰਗ ਠੀਕ ਹੈ, ਜੱਜ ਸਾਹਿਬ ਨੇ ਇੰਨਾ ਟਾਈਮ ਪਹਿਲਾਂ ਦਿੱਤਾ ਸੀ ਅਤੇ ਹੁਣ ਇਹ ਕਾਰਵਾਈ ਕੀਤੀ ਜਾਵੇ। ਤੁਸੀਂ ਟ੍ਰੈਫਿਕ ਚਲਾਉਣ ਵਾਸਤੇ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ? ਸ਼ਹਿਰ ਵਾਸੀਆਂ ਨੂੰ ਸਾਡੀ ਇਹ ਅਪੀਲ ਹੈ ਵੀ ਜਿਹੜੀ ਆ ਤੁਹਾਡਾ ਆਪਣਾ ਸ਼ਹਿਰ ਹੈ, ਅਸੀਂ ਸੇਵਾਦਾਰ ਹਾਂ, ਤੁਸੀਂ ਇਹਨੂੰ ਬਹੁਤ ਸਹੀ ਢੰਗ ਨਾਲ ਚਲਾਓ। ਪਾਰਕਿੰਗ ਨਗਰ ਨਿਗਮ ਨੇ ਬਣਾਈ ਹੈ, ਉਹਦੀ ਬਿਲਕੁਲ ਬਹੁਤ ਘੱਟ ਚਾਰਜਿੰਗ ਫੀਸ ਹੈ, ਉੱਥੇ ਆਪਣੀ ਗੱਡੀ ਲਗਾਓ, ਮੇਰਾ ਖਿਆਲ ਮੈਕਸੀਮਮ 4 ਘੰਟਿਆਂ ਦੀ 10 ਰੁਪਈਏ ਹੈਗੀ ਹੈ, ਉੱਥੇ ਆਪਣੀ ਗੱਡੀ ਲਗਾਓ ਅਤੇ ਆਰਾਮ ਨਾਲ ਆਪਣੀ ਸ਼ੋਪਿੰਗ ਕਰੋ, ਆਪਣਾ ਸ਼ਹਿਰ ਹੈ ਇਹਨੂੰ ਸਾਫ਼। ਫਗਵਾੜਾ ਤੋਂ ਮਨੂ ਚਾਵਲਾ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99 154 23 251।